ਉਹ ਹਰਿਆਣੇ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਹਰਿਆਣੇ ਕਾ ਛੋਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲੱਗਿਆ। ਇਧਰਲੇ ਪਾਸੇ ਚਾਰ ਜਾਫੀ ਹੈ ਉਹ ਤੇਰੇ ਸੜਕੇ ਔਰ ਵੀਡੀਓ ਵੀ ਬਣਾ ਰਿਹਾ ਇਸ ਵੀਰ ਦਾ ਵੀ ਧੰਨਵਾਦ। ਬਹੁਤ ਸਾਹਮਣੇ ਪੱਲਾ ਕੋਟ ਖਾ ਮੁਹੰਮਦ ਵਾਲਾ ਸੋਨੀ ਜੀਤ ਵਾਲਾ ਤੇਰੇ ਕਰਕੇ ਤਾਂ ਆਪਾਂ ਦੇ ਲਾ ਅੱਜ ਟੂਰਨਾਮੈਂਟ ਵੀ ਕਰਾਉਣੇ ਆ ਚਮਕੀਲੇ ਭਾਰੇ ਟੂਰਨਾਮੈਂਟ ਤੇ ਤੇਰੇ ਕਰਕੇ ਵੀ ਤਾਂ ਅੱਜ ਮੈਚ ਫਾਈਨਲ ਖੇਡ ਮੈਦਾਨ ਦੇ ਵਿੱਚ ਕੁਝ ਸਮੇਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਆਜ਼ਾਦ ਚੜ੍ਹਦੀ ਕਲਾ ਕਬੱਡੀ ਕਲੱਬ ਬਾਰਸਲੋਨਾ ਸਪੇਨ ਤੇ ਦੂਸਰੇ ਪਾਸੇ ਦਸ਼ਮੇਸ਼ ਸਪੋਰਟਸ ਕਲੱਬ ਦੀ ਟੀਮ ਡੈਨਹਾਂਗ ਤੋਂ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਪਹੁੰਚ ਚੁੱਕੇ ਹਾਂ ਉਸੀ ਗਰਾਊਂਡ ਦੇ ਵਿੱਚ ਜਿੱਥੇ ਅੱਜ ਟੂਰਨਾਮੈਂਟ ਹੋ ਰਿਹਾ ਵਾ। ਬਿਆਨਾ ਵਿਖੇ ਕਬੱਡੀਆਂ ਪੈਣਗੀਆਂ, ਜੱਫੇ ਲੱਗਣਗੇ ਅਤੇ ਤੁਹਾਨੂੰ ਸਾਰਾ ਹੀ ਆਪਾਂ ਬਲੌਗ ਦੇ ਵਿੱਚ ਜਿੰਨੀ ਵੀ ਸਾਡੇ ਕੋਲ ਵੀਡੀਓ ਬਣੂਗੀ। ਆ ਵੀਰ ਮੇਰੇ ਨਾਲ ਆ, ਔਡਰ ਨਹੀਂ ਨਹੀਂ ਦੱਸ ਕੀ ਨਾਮ ਹੈ? ਮੇਰਾ ਨਾਮ ਇੱਕੂ ਸਰਾਏ ਆ ਜੀ। ਹਾਏ, ਆਪਾਂ ਤੁਹਾਨੂੰ ਪਲ ਪਲ ਦੀ ਸੈੱਟ ਕਰ ਮੜਾ ਕੈਮਰਾ ਹੈ ਇਨਫੋਰਮੇਸ਼ਨ ਜਿੰਨੀ ਵੀ ਹੋ ਸਕੂਗੀ। ਗੋਪੀ ਭਾਅ ਜੀ ਲੈਂਸ ਤੋਂ ਆਏ ਆ, ਇੱਕ ਛੋਟਾ ਜਿਹਾ ਬਲੌਗ ਟੂਰਨਾਮੈਂਟ ਦੇ ਰਿਗਾਰਡਿੰਗ, ਸਾਰੀ ਇਨਫੋਰਮੇਸ਼ਨ ਜਿੰਨੀ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਊਗੀ, ਛੋਟੇ ਛੋਟੇ ਕਲਿੱਪ ਲੈ ਕੇ ਐਡੀਟਿੰਗ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਤੇ ਬਾਕੀ ਚੱਲਦੇ ਆ ਗਰਾਊਂਡ ਵੱਲੋਂ, ਆ ਜਾਓ। ਸਤਿ ਸ੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਓ ਜੀ, ਆਪਾਂ ਪਹੁੰਚ ਚੁੱਕੇ ਆ ਗਰਾਊਂਡ ਦੇ ਵਿੱਚ। ਇਸ ਟਾਈਮ ਆਪਾਂ ਦੀ ਧਰਤੀ ਦੇ ਗਿਆਨਾ ਜੀ ਕੱਪ ਯੂਰਪ ਕੱਪ 2024 ਹਾਂਜੀ। ਤੇ ਗੱਲ ਇਦਾਂ ਆ ਵੀ ਅਜੇ ਕੋਈ ਆਇਆ ਨਹੀਂ, ਟਾਈਮ ਉਹ ਜੇ ਹੋਇਆ 1:30 ਦਾ। ਜਿਹੜੇ ਆਪਣੇ ਮੈਚ ਆ ਤਕਰੀਬਨ 12 ਵਜੇ ਨਾਲ ਸ਼ੁਰੂ ਹੋਣੇ। ਹਾਂਜੀ ਬਿਲਕੁਲ, 12 ਵਜੇ ਸਟਾਰਟ, 12 ਵਜੇ ਸਟਾਰਟ ਹੋਣੇ ਆ। ਉਸ ਤੋਂ ਬਾਅਦ ਕੌਡੀਆਂ ਪਹਿਣਗੀਆਂ, ਲੱਗਣਗੇ ਜੱਫੇ ਤੇ ਤੁਹਾਨੂੰ ਦਿਖਾਵਾਂਗੇ ਕਬੱਡੀ ਦੇ ਜ਼ੋਰ। ਸੋ ਸਾਡੇ ਨਾਲ ਬਣੇ ਰਹੋ ਇੱਦਾਂ ਜੀ। ਕਰੋ ਕਰੋ ਵਿਚਾਰ ਸਾਂਝੇ, ਅਸੀਂ ਆਪਣੇ ਮੂੰਹੋਂ ਦੱਸੀਏ ਫੇਰ ਵਧੀਆ ਨਹੀਂ। ਹਾਂਜੀ ਹਾਂਜੀ, ਨਹੀਂ ਨਹੀਂ ਤੁਸੀਂ ਅਸੀਂ ਅਸੀਂ ਕਮੈਂਟਰੀ ਕਰ ਦਿੰਦੇ ਤੁਹਾਡੇ ਤੇ, ਕਮੈਂਟਰੀ ਕਮੈਂਟਰੀ ਆ ਜਾਓ ਅੰਕਲ ਜੀ ਨਾਲ ਤੁਸੀਂ। ਹਾਂਜੀ ਹਾਂਜੀ, ਅੱਛਾ ਬਾਬਾ ਬੋਰਡ, ਅੱਛਾ ਜੀ, ਠੀਕ ਹੈ ਜੀ। ਇਹ ਭਾਜੀ ਗਰਚਾ ਸਾਹਿਬ, ਠੀਕ ਹੈ, ਸਾਡੇ ਗ੍ਰੰਥੀ ਗੁਰੂ ਘਰ ਤੋਂ, ਠੀਕ ਹੈ, ਤੇ ਇਹ ਤੁਹਾਡੇ ਨਾਲ ਆਏ ਹੋਏ, ਠੀਕ ਹੈ ਜੀ, ਓਕੇ। ਸਾਡੇ ਕਮੈਂਟੇਟਰ ਪਹੁੰਚ ਗਏ ਜੀ, ਆ ਜਾਓ ਜੀ, ਕਰੋ ਜੀ ਆਪਣਾ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਦਾਸ ਆਲਮਗੀਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਤਾਰਾ ਕਿਸ਼ਨਪੁਰਾ ਕਬੱਡੀ ਕਮੈਂਟੇਟਰ, ਕਿ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਤਾਂ ਹੀ ਰੁਤਬਾ ਮਿਲਿਆ ਅੱਜ ਕਮਾਲ ਕਬੱਡੀ ਨੂੰ, ਕੱਲ ਖੇਡਾਂ 'ਚੋਂ ਖੇਡਾਂ ਦੀ ਸਰਦਾਰ ਕਬੱਡੀ ਨੂੰ, ਯੁਗਾਂ ਯੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਪਿਆਰ ਕਬੱਡੀ ਕਰਨ ਲੋਕੀ ਪਿਆਰ ਕਬੱਡੀ ਨੂੰ। ਸੋ ਅੱਜ ਵਿਆਨਾ ਦੇ ਆਸਟ੍ਰੇਲੀਆ ਦੇ ਵਿਆਨਾ ਸ਼ਹਿਰ ਦੇ ਵਿੱਚ ਰੌਣਕਾਂ ਲੱਗਣਗੀਆਂ ਵਿਆਨਾ ਸਪੋਰਟਸ ਕਲੱਬ ਵੱਲੋਂ ਔਰ ਵਿਆਨਾ ਦੀ ਸਮੂਹ ਸੰਗਤ ਵੱਲੋਂ। ਸੋ ਅੱਜ ਬਹੁਤ ਵਧੀਆ ਇਹ ਮੈਚ ਕਰਵਾਏ ਜਾਣਗੇ। ਜਿਹੜੀ ਵੀ ਮੇਰੇ ਵੀਰ ਇਹ ਦੇਖ ਰਹੇ ਨੇ, ਉਹਨਾਂ ਸਾਰੇ ਭਰਾ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਕੰਮਾਂ ਕਾਰਾਂ ਨੂੰ ਇਹ ਸੰਕੋਚਦੇ ਹੋਏ ਪਹੁੰਚੋ ਖੇਡ ਮੈਦਾਨ ਦੇ ਵਿੱਚ, ਅਤੇ ਅੱਜ ਆਨੰਦ ਮਾਣੀਏ ਕਬੱਡੀ ਦਾ। ਪੰਜਾਬ ਤੋਂ ਚੋਟੀ ਚੋਟੀ ਦੇ ਪਲੇਅਰ ਅੱਜ ਇਸ ਖੇਡ ਮੈਦਾਨ ਦੇ ਵਿੱਚ ਖੇਡਣ ਦੇ ਲਈ ਪਹੁੰਚ ਚੁੱਕੇ ਨੇ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਲਓ ਜੀ ਆਪਾਂ ਜਾ ਰਹੇ ਹੁਣ ਗਰਾਊਂਡ ਵੱਲ ਨੂੰ।
ਜਿਹੜਾ ਕਰਤਾਰਪੁਰ ਨੀ ਆਪਣੇ ਰੇਹੜੀਆਂ ਭਾਜੀ ਡਾਂਕੇ ਨੀ ਸੁਣਿਆ ਮੈਕ ਚ ਕਿਉਂ ਹਰਵਿੰਦਰ ਸਿੰਘ ਜੀ ਢਡਾਲ ਪੋਲੈਂਡ ਤੋਂ ਆਏ ਭਾਜੀ ਹੁਣੀ ਟੀਮ ਲੈ ਕੇ ਆਏ ਭਾਜੀ ਹਾਂਜੀ ਸਾਡੀ ਦਸ਼ਮੇਸ਼ ਸਪੋਰਟਸ ਕਲੱਬ ਪੋਲੈਂਡ ਸਹੀ ਗੱਲ ਹੈ ਅੱਜ ਭਾਜੀ ਹੁਣਾਂ ਦੀ ਦਸ਼ਮੇਸ਼ ਸਪੋਰਟ ਕਲੱਬ ਖੇਡੂਗੀ ਹੋਲੈਂਡ ਤੋਂ ਖੇਡ ਮਾਂ ਕਬੱਡੀ ਦੀ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਇਹ ਸਾਰੇ ਕਾਰਜ ਗੁਰਵਿੰਦਰਤਾ ਸਾਹਿਬ ਸੰਪੂਰਨ ਹੋਣ ਮਹਾਰਾਜ ਆਪਣੇ ਚਰਨਾਂ ਵਿੱਚ ਸਾਡੀ ਬੇਨਤੀ ਨੂੰ ਪੂਰੀ ਕਰਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਵੜੀ ਜਾਤੂ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੂੰ ਸਭ ਕੁਛ ਮੈਂ ਨਾ ਸੁਣ ਪਿਆ ਜਾਂ ਤੇਰਾ ਬੰਦਾ ਲਗਵੀ ਤੋਂ ਨਾ ਵੇ ਹੈ ਖਰਚ ਰਹਿੰਦਾ ਲਖਚ ਰਾਸੀ ਵੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੋਈ ਜਾਂ ਹਰ ਪੁੱਛਣ ਦਾ ਆਨੰਦ ਮਾਇਆ ਸੁਖ ਮਾਇਆ ਮੇਰ ਗੁਰੂ ਕੋ ਬੰਦਾ ਸਭੇ ਕਾਰ ਸਵਾਰ ਜਾਂ ਦੁੱਧ ਭਾਵ ਬੰਦਾ ਉਦਿਆ ਗੈ ਹਰ ਦਾਸ ਹਮਾਰੀ ਜੀਓ ਪਿੰਡ ਸਭ ਬਹੁ ਨਾਨਕ ਸਭ ਦੇ ਵਡਿਆਈ ਕੋਈ ਨਾਮ ਨ ਜਾਣੇ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ ਚਾਚੀ ਹੋਏ ਧਰਤੀ ਦੇ ਵਿੱਚ
ਮੀਰੀ ਪੀਰੀ ਦੇ ਬਾਅਦ ਕਹਿੰਦੇ ਦਰੋਲੀ ਭਾਈ ਵਾਲਾ ਦਿੱਲੀ ਵੀ ਆ ਗਿਆ ਦਰੋਲੀ ਭਾਈ ਦੀ ਆਸਟਰੀਆ ਦੇ ਵਿਆਨਾ ਸ਼ਹਿਰ ਦੇ ਵਿੱਚ ਕਰਵਾਇਆ ਜਾ ਰਿਹਾ ਵਿਆਨਾ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਵਿੱਚ ਸਾਡੇ ਡਾਕਟਰ ਸੁਰਿੰਦਰ ਸਿੰਘ ਜੀ ਪਰਮਾਰ ਸਾਹਿਬ ਸੁਖਦੀਪ ਸਿੰਘ ਜੀ ਰਾਏ ਅੰਮ੍ਰਿਤਪਾਲ ਸਿੰਘ ਜੀ ਚਮਕੀਲਾ ਭੁਪਿੰਦਰ ਚੀਮਾ ਜੀ ਦਲਜੀਤ ਸਿੰਘ ਜੀ ਢਿੱਲੋਂ ਦਿਲਬਾਗ ਸਿੰਘ ਜੀ ਖਹਿੜਾ ਸਾਹਿਬ ਔਰ ਦਿਲਬਾਗ ਸਿੰਘ ਜੀ ਖਹਿੜਾ ਸਾਹਿਬ ਹਰਵਿੰਦਰ ਸੁੱਡੀ ਜੀ ਜਗੀਰ ਸਿੰਘ ਜੀ ਬਾਬਾ ਜੀ ਉਲੂ ਬੱਲਾ ਸ਼ੁਰੂ ਕਰੀਏ ਓਕੇ ਯਾਦ ਰੱਖਣ ਦੀ ਕਲਾ ਕਬੱਡੀ ਕਲੱਬ ਸੁਖੇਰ ਬਾਰੇ ਸਾਡੇ ਪੁੱਤਰ ਬਰਦਰੋਂ ਦਾ ਬਹੁਤ ਗਲਾਸ ਲਾ ਲਓ ਸੋਚਿਆ ਹੀ ਹੈ ਨਾ ਪਹਿਲਾ ਜੱਫਾ ਕਿਆ ਬਾਤਾਂ ਬਈ ਪਹਿਲੀ ਰੇਡ ਸੀ ਇਸ ਟੂਰਨਾਮੈਂਟ ਦੀ ਤੇ ਪਹਿਲਾ ਹੀ ਜੱਫਾ ਲੈ ਵੀ ਇੱਧਰ ਵੀ ਜੱਫਾ ਲੱਗ ਗਿਆ ਜੀ ਕਿਆ ਬਾਤਾਂ ਦੋਨੀ ਪਾਸੀ ਜੱਫੇ ਬੋਲ ਫੇ ਕੁਛ ਭਾਜੀ
ਕੋਈ ਸਪੀਚ ਦੇ ਮਾੜੀ ਜੀ ਬੋਲਦੇ ਲੈ ਤੂੰ ਤਾਂ ਸੰਗ ਹੀ ਗਿਆ ਮਾਮਾ ਆਉਣ ਦੇ ਕੁਛ ਕਬੱਡੀ ਬਾਰੇ ਬੋਲਦੇ ਕੋ ਹਾਸਾ ਹੀ ਆ ਗਏ ਜਗਰਾਲ ਦੀ ਧਰਤੀ ਦਾ ਮੇਰੇ ਵੀਰੋ ਲੋਕ ਕਹਿੰਦੇ ਚਾਹਪੁਰ ਦਾ ਇਲਾਕਾ ਲੋਕ ਗੋਰਾ ਜਗਰਾਲ ਵਾਲਾ ਕਬੱਡੀ ਪਾਉਂਦਾ ਇਹ ਇੰਗਲੈਂਡ ਵੀ ਖੇਡਿਆ ਲੋਕ ਕਹਿੰਦੇ ਧਰਤੀ ਧੱਕ ਗੱਭਰੂ ਕਬੱਡੀ ਪਾਉਂਦਾ ਇਸ ਮੈਚ ਤੋਂ ਬਾਅਦ ਕਹਿੰਦੇ ਲੰਗਰ ਵੀ ਚੱਲੇਗਾ ਮੇਰੇ ਵੀਰੋ ਸਾਡੇ ਨਾਲ ਦਾ ਲੰਗਰ ਅਗਨੀ ਕਬੱਡੀ ਪਾਉਂਦੇ ਨੇ ਇਹ ਲੰਬਾ ਹੈ ਬੱਗਿਆਂ ਦੀ ਧਰਤੀ ਦਾ ਮੇਰੇ ਵੀਰੋ ਲੰਬਾ ਬੱਗੇ ਪਿੰਡ ਵਾਲਾ ਕਬੱਡੀ ਅਗਲੀ ਕਬੱਡੀ ਪਾਉਂਦੇ ਸੁਖਮਨ ਪਿਆਸ ਵਾਲਾ ਵਾਧਾ ਹੋਇਆ ਆਪਣੀ ਟੀਮ ਦੇ ਉੱਤੇ ਜੋੜਦਾ ਆ ਗਿਆ ਕਹਿੰਦੇ ਲੱਭਾ ਬੱਕੇ ਪਿੰਡ ਦੀ ਧਰਤੀ ਦਾ ਮੇਰੇ ਵੀਰ ਇਹਦਾ ਜਾਫਰਵਾਲ ਪਿੰਡ ਹੈ ਪਰ ਕਹਿੰਦੇ ਬੱਗੇ ਪਿੰਡ ਦੇ ਨਾਂ ਦੇ ਨਾਲ ਪ੍ਰਸਿੱਧ ਹੋ ਗਿਆ ਇੱਕ ਪਾਸੇ ਪੋਤੋਂ ਸਿੱਧੜੇ ਬਿਜੀ ਟੋਲੀ ਵਾਲਾ ਕਹਿੰਦੇ ਮਾਮਲੇ ਤੋਂ ਆਇਆ ਡਬਲ ਟੱਚ ਡਬਲ ਟੱਚ ਤੇ ਸਾਡੀ ਪੱਪੜ ਇਸ਼ਾਰਾ ਕਰਦਾ ਹੋਇਆ ਕਿ ਪਾਰ ਜਿਹੜਾ ਲੱਭਾ ਲੱਭਾ ਬੱਗੇ ਪਿੰਡ ਵਾਲਾ ਰੇਡ ਤੇ ਇਹ ਆ ਜੀ ਲੱਭਾ ਬੱਗੇ ਪਿੰਡ ਵਾਲੇ ਦੀ ਧਰਤੀ ਦਾ ਕਮੈਂਟਰੀ ਕਰ ਲਓ ਭਾਈ ਆਹ ਸਾਡੇ ਰੈਫਰੀ ਸਾਹਿਬ ਇਹਨਾਂ ਦੀ ਸਿਟੀ ਤੇ ਸਾਰਾ ਕੁਝ ਆ ਲੱਭੇ ਦੀ ਕਬੱਡੀ ਬੱਗੇ ਪਿੰਡ ਵਾਲੇ ਦੀ ਇਹ ਡਬਲ ਟੱਚ ਇੱਥੇ ਰੱਖ ਉਹ ਬੱਲੇ ਲਾ ਗਿਆ ਜਫਾ ਮੁੰਡਾ 50 ਉਹਦਾ ਤੇਰਾ ਭਲਾ ਹੋ ਜੇ ਲੈ ਗਈ ਐਕਸ਼ਨ ਨਹੀਂ ਕੀਤਾ ਭਾਗ ਦੀ ਬੋਲੂ ਪੂਰੀ ਅੱਤ ਜੀ ਹੋ ਚਰਚਾ ਬਿਆਨ ਵਾਲੇ ਕੱਪ ਦੀ ਹੋਏ ਓਏ ਚਾਚਾ ਵਾਲੇ ਕੱਪ ਦੀ ਹੋਉ ਅਗਲੀ ਕਬੱਡੀ ਪਾਉਂਦੇ ਦਿਸ਼ਾ ਹੋਲੀ ਦਾ ਤੇ ਬੋਲ ਅੱਡੇ ਬੰਦੇ ਕੀ ਬਾਤ ਹੈ ਦਿਸ਼ਾ ਮਹੋ ਗੁਰੂ ਕੇ ਨੰਦਰ ਸੰਤ ਵਰਤਾਏ ਜਾ ਰਹੇ ਨੇ
ਅੱਜ ਆਸਟ੍ਰੇਲੀਆ ਦੇ ਵਿਆਨਾ ਦੇ ਵਿੱਚ ਵੱਡੀ ਰੌਣਕ ਲੱਗੀ ਹੋਈ ਹੈ। ਮੈਚ ਬੜਾ ਚੋਟੀ ਦਾ, ਉਹ ਸਾਜਨ ਕਿਹਦੇ ਥਾਪੀ ਪੱਟ ਤੇ ਮਾਰੀ ਹੈ ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜਾਏ, ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ। ਜਿਹੜਾ ਪਹਿਲਾਂ ਕਰਜੇ ਵਾਰ, ਜਿਹੜਾ ਪਹਿਲਾਂ ਕਰਜੇ ਵਾਰ ਉਧਲੇ ਪਾਸੇ, ਹੁਣ ਕਹਿੰਦੇ ਵੀ ਐ ਗਲੀ ਵਿੱਚ ਟਾਕਰੇ ਹੋਣ ਵਾਲੀ ਗੱਲ ਹੋਈ ਪਈ ਹੈ। ਆਜ਼ਾਦ ਚੜ੍ਹਦੀ ਕਲਾ ਕਬੱਡੀ ਕਲੱਬ ਸਪੇਨ ਦੇ ਨੰਬਰ ਨੇ 35। ਸਪੇਨ ਦੀ ਟੀਮ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ। ਅਗਲਾ ਮੈਚ ਵੀ ਹੁਣ ਸ਼ਾਨਦਾਰ ਜਿਹੜਾ ਖੇਡ ਮੈਦਾਨ ਦੇ ਵਿੱਚ ਹੋਣਾ ਹੈ, ਬਹੁਤ ਸ਼ਾਨਦਾਰ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਕਰਵਾਏ ਜਾ ਰਹੇ। ਮੈਂ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਦਾ, ਸਾਡੇ ਗੁਰਪ੍ਰੀਤ ਸਿੰਘ ਜੀ ਨਾਗਰਾ ਸਾਹਿਬ, ਉਹਨਾਂ ਦੇ ਸਾਰੇ ਸਾਥੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ। ਸਾਰੇ ਵਲੰਟੀਅਰ ਸਾਹਿਬਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਨਾਲ ਹੀ ਬੇਨਤੀ ਹੈ ਵੀ ਅਗਲੇ ਤੇ ਨਾਲ ਉੱਗੀ ਪਿੰਡ ਆ ਸਾਡਾ ਭਰਾ ਹੈਰੀ ਆਇਆ ਵਿਸ਼ੇਸ਼ ਤੌਰ ਤੇ। ਬਹੁਤ ਬਹੁਤ ਧੰਨਵਾਦ ਦੇ ਬਾਰਡਰ ਹੋਵੇ ਜਾਂ ਖੇਡ ਮੈਦਾਨ, ਇਹਨਾਂ ਦੇ ਕੰਧਿਆਂ ਤੇ ਝੂਲਦੀ ਯਾਰੋ ਦੇਸ਼ ਕੌਮ ਦੀ ਸ਼ਾਨ। ਇਹ ਮਹਾਬਲੀ ਖੇਡਦੇ ਛੇੜੀਆਂ ਮਾਵਾਂ ਦੇ ਸ਼ੇਰ ਪੁੱਤਰ ਖੇਡਦੇ ਖੇਡ ਮੈਦਾਨ ਦੇ ਵਿੱਚ, ਕਿ ਕਿਹਨੇ ਕਿਹਨੇ ਮਾਰੇ ਡੰਡ, ਕਿਹਨੇ ਕਿਹਨੇ ਚੁੰਗੀਆਂ ਨੇ ਬੂਰੀਆਂ, ਕਿਹਨੇ ਕਿਹਨੇ ਖਾਧੀਆਂ ਨੇ ਯਾਰੋ ਘਿਓ ਨਾਲ ਚੂਰੀਆਂ, ਕਿਹਦੀਆਂ ਪੱਟਾਂ ਦੇ ਉੱਤੇ ਪਾਊ ਅੱਜ ਮੋਰ ਪਹਿਲਾਂ, ਕਿਹਦੇ ਕਿਹਦੇ ਡੌਲਿਆਂ ਤੇ ਵੱਟੂ ਅੱਜ ਸ਼ੇਰ ਘੂਰੀਆਂ, ਕਿਹਦੇ ਕਿਹਦੇ ਡੌਲਿਆਂ ਤੇ ਵੱਟੂਗਾ ਅੱਜ ਸ਼ੇਰ ਘੂਰੀਆਂ। ਉਹ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਤਪਾਲ ਦੀ ਪਾਈ ਹੋਈ ਕਬੱਡੀ। ਇਹ ਆ ਨਾਇਰ ਸੁੱਖ ਭਲਾਣੇ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ, ਗੋਪੀ ਦਾ ਪਿੰਡੋ ਸੁੱਖ ਭਲਾਣੇ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ। ਗੱਭਰੂ ਆਪਣੀ ਸੈਮੀ ਫਾਈਨਲ ਹੈ, ਉਹ ਹਰਿਆਣੇ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ, ਹਰਿਆਣੇ ਕਾ ਸ਼ੋਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲੱਗਿਆ। ਇਧਰਲੇ ਪਾਸੇ ਚਾਰ ਜਾਫੀ ਹੈ, ਉਹ ਕੁੰਡੀਆਂ ਦੇ ਸਿੰਘ ਫਸੇ ਖੇਡ ਮੈਦਾਨ ਦੇ ਵਿੱਚ, ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਜਿਹੜਾ ਪਹਿਲਾ ਕਰਜੇ ਵਾਰ, ਉਹਦੀ ਜਿੱਤ ਹਮੇਸ਼ਾ ਜਿਹੜਾ ਪਹਿਲਾ ਕਰਜੇ ਵਾਰ। ਇਹ ਜੋੜੀ ਦਾ ਮੈਚ ਖੇਡ ਮੈਦਾਨ ਦੇ ਸੈਮੀ ਫਾਈਨਲ ਆਹ ਜੀ ਜੀ ਬਣਾ ਲਓ ਸਭ ਦਾ ਮੇਰਾ ਬੜੀ ਲਾ।
ਜਿਹੜੇ 36 ਪੁਆਇੰਟ ਨੇ ਉਹ ਹਾਲੈਂਡ ਦੀ ਟੀਮ ਦੇ ਨੇ, ਦਸ਼ਮੇਸ਼ ਕਬੱਡੀ ਕਲੱਬ ਹਾਲੈਂਡ, ਔਰ ਇਟਲੀ ਅਤੇ ਫਰਾਂਸ ਦੀ ਟੀਮ ਦੇ ਪੁਆਇੰਟ ਜਿਹੜੇ ਉਹ ਨੇ 26 ਇਸ ਮੁਕਾਬਲੇ ਵਿੱਚੋਂ ਹਾਲੈਂਡ ਦੀ ਟੀਮ ਜਿਹੜੀ ਜੇਤੂ ਰਹੀ ਹੈ। ਔਰ ਕਬੱਡੀ ਵੀ ਚੋਟੀ ਦੀ ਖੇਡ ਹੈ, ਰਾਜਕੋਟ ਲਾਈਨਸ ਦੀ ਟੀਮ ਨੇ ਤਾਰੀ ਢੰਡੀ ਵਾਲੀ ਆ ਉਹਦਾ ਸਨਮਾਨ ਜਿਹੜਾ ਯੂਰਪ ਦੀ ਧਰਤੀ 'ਤੇ ਅੱਜ ਜਿਹੜਾ ਚਮਕੀ ਨਾਲ ਕਰੀ ਹੈ ਅਤੇ ਪੂਰੀ ਬਿਆਨਾ ਸਪੋਰਟਸ ਦਾ ਵੱਲੋਂ ਜਿਹੜਾ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ, ਸ੍ਰੀ ਅਕਾਲ, ਤਾਰੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ। ਖਾਤੇ ਦੇ ਵਿੱਚ ਇੱਕ ਨੰਬਰ ਦਾ ਵਾਧਾ ਕਰ ਦਿੱਤਾ ਹੈ ਕਿ ਲੱਖ ਲੱਖ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ। ਉਹ ਜੀ ਜਿੰਦ ਨਾਲ ਯਾਰੋ ਜਿਹੜਾ ਹੈ ਕਬੱਡੀ ਖੇਡਦਾ, ਉਹ ਮੱਟੂ ਪੱਤੜਾਂ ਵਾਲਾ ਖੇਡ ਮੈਦਾਨ ਵੀ ਕਬੱਡੀ ਭਾ ਰਿਹਾ। ਉਹ ਚਾਰ ਜਾਂ ਫੀਸਦਰਲੇ ਪਾਸੇ ਦੀ ਪੂਰੀ ਅੱਜ ਮੈਚ ਫਾਈਨਲ ਖੇਡ ਮੈਦਾਨ ਦੇ ਵਿੱਚ ਕੁਝ ਸਮੇਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਆਜ਼ਾਦ ਚੜ੍ਹਦੀ ਕਲਾ ਕਬੱਡੀ ਕਲੱਬ ਬਾਰਸਲੋਨਾ ਸਪੇਨ ਅਤੇ ਦੂਸਰੇ ਪਾਸੇ ਦਸ਼ਮੇਸ਼ ਸਪੋਰਟਸ ਕਲੱਬ ਦੀ ਟੀਮ ਡੈਨ ਹਾਂਗ ਤੋਂ ਇਹ ਹਾਲੈਂਡ ਤੋਂ ਖੇਡਣ ਦੇ ਵਾਸਤੇ ਪੁੱਜੀ ਹੈ। ਅੱਜ ਫਾਈਨਲ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਜਗਰੂਪ ਭੁੱਲਰ ਜੀ ਅਤੇ ਸਾਡੇ ਮਨਰੂਪ ਭੁੱਲਰ ਜੀ, ਜਿਨ੍ਹਾਂ ਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਪਿੰਡ ਹੈ
ਉਹਨਾਂ ਵੱਲੋਂ ਅੱਜ ਆਜ਼ਾਦ ਚੜ੍ਹਦੀ ਕਲਾ ਕਬੱਡੀ ਕਲੱਬ ਨੂੰ ਸਪੌਂਸਰ ਕੀਤਾ ਗਿਆ। ਫਾਈਨਲ ਦੀ ਪਹਿਲੀ ਰੇਡ, ਪਹਿਲਾ ਜਫਾ ਭਾਈ ਹੁਣਾਂ ਦੇ ਰੂਬਰੂ ਹੋਵੋ। ਹਾਂਜੀ ਬੋਲੋ ਕੁਝ ਭਾਜੀ, ਆ ਦੇਖੋ ਇਹ ਵੀ ਤੁਸੀਂ ਆ ਗਿਆ ਬਲੌਕ 'ਚ, ਆ ਗਿਆ ਸਾਰੇ ਸੱਜਣ ਮਿੱਤਰ। ਕਿਹੜੀ ਟੀਮ ਹੈ ਤੁਹਾਡੀ? ਫਰਾਂਸ ਤੋਂ। ਸਾਡੇ ਰਾਜਾ ਬਸੀ ਜੀ ਪੀਤਾ ਢੇਸੀ ਜੰਟਾ ਚਹਲ ਖਾਂਦੀ ਤੇ ਮਾਣ ਭਰਾ ਕਹਿੰਦੇ ਵੀ ਆ ਦੂਸਰੀ ਕਬੱਡੀ ਸੋਨੂੰ ਸੀ ਤੋਲਾ ਨਹੀਂ ਆਇਆ ਤੇਰੇ ਕਰਕੇ, ਤੇਰੇ ਕਰਕੇ ਤਾਂ ਅਸੀਂ ਵੀ ਟੂਰਨਾਮੈਂਟ ਦੇਖਣ ਆਉਂਦੇ ਹਾਂ। ਉਹ ਸਾਹਮਣੇ ਕਬਰੋ ਕੋਹਰ ਦੇ ਆਸਾ ਕੋਹਰ ਕਬੱਡੀ
ਸਨਮਾਨ ਪਹਿਲੀ ਰੇਡ ਤੋਂ 500 ਐਰੋ ਸ਼ੁਰੂ ਹੋਇਆ, ਫਿਰ ਸਫਲ ਪੈ ਗਈ, ਫਿਰ 600 ਹੋ ਗਿਆ, ਫਿਰ ਸਫਲ ਹੋ ਗਈ, ਹੁਣ 700 ਹੋ ਗਿਆ ਅਤੇ ਕਬੱਡੀ ਤੀਸਰੀ ਪਾਉਣੀ ਹੈ। ਇਹ ਅੰਮ੍ਰਿਤਪਾਲ ਮਾਨ, ਚਮਕੀਲਾ, ਜਗੀਰ ਸਿੰਘ ਜੀ, ਮਲਕੀਤ ਸਿੰਘ ਜੀ, ਰੇਸ਼ਮ ਲਾਖਾ ਜੀ, ਇਹਨਾਂ ਭਰਾਵਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ। ਜਿੱਤ ਗਿਆ ਮੁੰਡਾ 700 ਐਰੋ। ਅੱਛਾ, 4 ਰੇਡਾਂ ਦੇ 800। ਚੱਲ ਬਾਈ ਚੱਲ, 800 ਐਰੋ, ਜਿੱਤ ਗਿਆ ਮੁੰਡਾ। ਪੈ ਗਈਆਂ ਮਾਨ ਦਾ ਜੱਫਾ ਲਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ, ਇਧਰ ਗੁਰਮੀਤ ਨਾਗਰਾ ਜਿਹਨੇ ਇੱਕ ਨੰਬਰ ਲੈ ਕੇ ਆ ਵੱਡੀ ਸੇਵਾ ਕਰ ਰਿਹਾ ਗਰਾਊਂਡ ਦੇ ਵਿੱਚ ਔਰ ਵੀਡੀਓ ਵੀ ਬਣਾ ਰਿਹਾ ਇਸ ਵੀਰ ਦਾ ਵੀ ਧੰਨਵਾਦ। ਬਹੁਤ ਸਾਹਮਣੇ ਪੱਲਾ ਕੋਠਾ ਮੁਹੰਮਦ ਵਾਲਾ ਕਬੱਡੀ ਪਾਉਂਦਾ ਹੈ, ਵੀ ਟਰੋਲੀ ਵਾਲਾ ਬਿੱਲੀ, ਬਿੱਲੀ ਟਰੋਲੀ ਵਾਲਾ ਪਾਵਰ ਪਵਿੱਤਰ ਧਰਤੀ ਹੈ ਵੀਰੀ ਪੀਰੀ ਦੇ ਮਾਲਕ ਸ੍ਰੀ ਤੇਰੇ ਕਰਕੇ ਸੋਨੀ ਸੀਤ ਵਾਲਾ ਇਹ ਸੋਨੂ ਆ ਗਿਆ ਸੀਤ ਵਾਲਾ ਕਰੋ ਕਰੋ ਸੋਨੂ ਸੀ ਤੋਂ ਵਾਲਾ ਉੱਧਰ ਬਣਿਆ ਕਰੋ ਐਕਸ਼ਨ ਬਾਈ।
ਹੈ ਚੈਨਲ ਗੁਰਪ੍ਰੀਤ ਨਾਗਰਾ ਆਸਟ੍ਰੇਲੀਆ। ਹਾਂਜੀ, ਅੱਧਾ ਸਮਾਂ ਹੋ ਗਿਆ ਅਤੇ ਅੱਧੇ ਸਮੇਂ ਦੇ ਵਿੱਚ ਜਿਹੜੇ 12 ਨੰਬਰ ਨੇ ਉਹ ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਕ ਹਾਲੈਂਡ ਦੀ ਟੀਮ ਦੇ ਆ ਅਤੇ ਆਜ਼ਾਦ ਚੜ੍ਹਦੀ ਕਲਾ ਕਬੱਡੀ ਕਲੱਬ ਬਾਰਸਲੋਨਾ ਸਪੇਨ ਦੇ ਨੰਬਰ ਨੇ 20। ਬਹੁਤ ਚੋਟੀ ਦਾ ਮੈਚ ਆ ਰਿਹਾ ਉੱਧਰ। ਗੁਰਪ੍ਰੀਤ ਸਿੰਘ ਜੀ ਨਾਗਰਾ ਸਾਡੇ ਲੀਜ਼ ਤੋਂ ਬਹੁਤ ਬਹੁਤ ਵਧੀਆ ਅਤੇ ਨੇਕ ਦਿਲ ਇਨਸਾਨ ਨੇ। ਕੱਲ੍ਹ ਗੁਰੂ ਘਰ ਦੇ ਵਿੱਚ ਟੀਮਾਂ ਪਹੁੰਚੀਆਂ, ਗੁਰੂ ਕੇ ਲੰਗਰ ਵਰਤਾਏ ਗਏ, ਵੱਡੇ ਪੱਧਰ 'ਤੇ ਉਹਨਾਂ ਦਾ ਆਓ ਭਗਤ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ, ਸਾਰੇ ਸੇਵਾਦਾਰ ਸਾਥੀਆਂ ਦਾ ਵੀ ਮੈਂ ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਸੋ ਮੈਚ ਬੜਾ ਚੋਟੀ ਦਾ, ਅਗਲੀ ਕਬੱਡੀ ਪੈਣੀ ਹੈ ਵੀ ਰਿਕਾਰਡ ਬਣ ਜਾਣਾ ਕਿ ਯੂਰਪ ਦੀ ਧਰਤੀ 'ਤੇ ਸਾਜਨ ਨੇ ਕਹਿੰਦੇ ਐਂ ਬੋਲ ਲੈਣ ਦੇ 2 ਮਿੰਟ। ਚਲੋ ਜੀ, ਇੱਧਰਲੇ ਪਾਸੇ ਕਹਿੰਦੇ ਵੀ ਅਗਲੀ ਕਬੱਡੀ ਫੇਰ ਦੇਖ ਕੇ ਭਾਈ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਖੇਡ ਪ੍ਰਮੋਟਰਾਂ ਦਾ, ਸਾਰੀਆਂ ਕਲੱਬਾਂ ਦਾ ਜਿਹੜੇ ਵੱਡੇ ਪੱਧਰ 'ਤੇ ਉੱਦਮ ਕਰਕੇ ਇਹਨਾਂ ਗਰਾਊਂਡਾਂ ਦੇ ਵਿੱਚ ਮੰਨਾ ਗਿਆ ਵੀਰ। ਇੱਧਰਲੇ ਮੰਨਾ ਫਿਰ ਮੰਨਾ ਕਬੱਡੀ ਪਾਉਂਦਾ ਹੈ ਨਵੇਂ ਪਿੰਡ ਨਵੇਂ ਪਿੰਡ ਜਾ ਦਿੱਲੀ ਕਬੱਡੀ ਕਹਿੰਦੇ ਸਫਲ ਪੈ ਗਈ ਆ। ਰਿੰਕੂ ਆਓ ਜਮਿਆਰੇ ਦੂਸਰੀ ਕਬੱਡੀ ਕਹਿੰਦੇ 400 ਯੂਰੋ ਵਾਲੀ ਪੈਣ ਲੱਗੀ ਹੈ ਸਾਜਨ ਦੀ। ਚਮਕੀਲਾ ਆਸਟ੍ਰੇਲੀਆ ਨਾਲੇ ਨਾਲ ਮਲਕੀਤ ਸਿੰਘ ਜੀ, ਜਗੀਰ ਸਿੰਘ ਜੀ ਹੋ ਨੰਬਰ ਜਾਫੀ ਦਾ ਖੇਡ ਤੇਰੇ ਸੜਕੇ ਇੱਕੋ ਮਿੰਟ ਆਲਮਗੀਰ ਜੀ, ਚੜ੍ਹਦੀ ਕਲਾ ਕਬੱਡੀ ਕਲੱਬ ਸਪੇਨ ਬਾਰਸਲੋਨਾ ਦੀ ਟੀਮ ਜਿਹੜੀ ਫਾਸਟ ਹੈ, ਔਰ ਦਸ਼ਮੇਸ਼ ਕਬੱਡੀ ਕਲੱਬ ਡੈਨਮਾਰਕ ਹਾਲੈਂਡ ਦੀ ਟੀਮ ਜਿਹੜੀ ਉਹ ਸੈਕਿੰਡ ਹੈ ਅੱਜ ਦੇ ਇਸ ਕਬੱਡੀ ਕੱਪ ਦੀ ਵਿਆਨਾ ਦਾ ਖੇਡ ਗਈ ਆ। ਉਹ ਬੱਲੇ ਦੇ ਟੋਲੀਆ ਲਾ ਲਓ ਨਾਲ ਕੋਈ।
ਰੇਡਰ ਸਾਜਨ ਬਿਆਸ ਪਿੰਡ ਸਾਜਨ ਬਿਆਸ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਹੈ ਸਾਜਨ ਬਿਆਸ ਅਤੇ ਬੈਸਟ ਜਾਫੀ ਜੁਆਇੰਟ ਨੇ ਰਾਣਾ ਲੋਪੋਕੇ ਅਤੇ ਅਰਸ਼ ਪੂਲੇ ਵਾਲਾ ਜੋ ਬੈਸਟ ਜੁਆਇੰਟ ਜਾਫੀ ਨੇ ਅੱਜ ਦੇ ਖੇਡ ਮੇਲੇ ਤੋਂ।